रेडी ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਚ ਮੈਂ ਹਾਇਸ਼ੂ ਤੇ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਚਾਤ ਪਾਉਣ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਲਖਵਿੰਦਰ ਜੋਲਜੀ ਬਤੌਰ ਮਾਹਰ ਮਹਿਮਾਨ ਆਓ ਕਰਦੇ ਹਾਂ ਉਹਨਾਂ ਦਾ ਸਵਾਗਤ ਜੋਲਸਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ ਬਹੁਤ-ਬਹੁਤ ਮਿਹਰਬਾਨੀ ਜੀ ਸ਼ੁਰੂ ਕਰਦੇ ਹਾਂ ਖਬਰਾਂ ਦਾ سلسلہ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਮਹਾਮਾਰੀ ਦੀ ਜਿਸ ਦੇ ਸੰਕਰਮਣਤਾ ਦੇ ਮਾਮਲੇ ਜਿਹੜੇ ਉਹ ਬਹੁਤ ਘੱਟ ਰਹਿ ਗਏ ਨੇ ਤੇ ਇਸ ਵਿੱਚ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਗੱਲ ਇਹ ਹੈ ਕਿ ਪਿਛਲਾ ਸਾਰਾ ਸਾਲ ਤੇ ਹੁਣ ਦਾ ਇਹ ਸਾਲ ਜਿਹੜਾ ਨਵਾਂ ਸ਼ੁਰੂ ਹੋਇਆ ਜੀ ਇਹ ਹੁਣ ਤੱਕ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਹੈ ਦੁਨੀਆ ਭਰ ਦੇ ਵਿੱਚ ਕਿਉਂਕਿ ਕਰੋਨਾ ਮਹਾਮਾਰੀ ਨੇ ਜਿਸ ਤਰ੍ਹਾਂ ਇੱਕਦਮ ਪੈਰ ਪਸਾਰੇ ਚਾਈਨਾ ਤੋਂ ਸ਼ੁਰੂ ਹੋ ਕੇ ਸਾਰੇ ਜਿਹੜੀ ਉਹ ਦੁਨੀਆ ਦੇ ਵਿੱਚ ਔਰ ਫਿਰ ਸਾਡੇ ਭਾਰਤ ਵਿੱਚ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਇਹਦੇ ਮਰੀਜ਼ ਦੇਖਣ ਨੂੰ ਮਿਲੇ ਔਰ ਕਾਫੀ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਫੈਲਿਆ لیکن ਹੁਣ ਜਿਹੜੀਆਂ ਖਬਰਾਂ ਅੱਜਕੱਲ ਆ ਰਹੀਆਂ ਨੇ ਉਹ ਕਾਫੀ ਤਸੱਲੀ ਵਾਲੀਆਂ ਖਬਰਾਂ ਨੇ ਔਰ ਕਾਫੀ ਰਾਹਤ ਦੇਣ ਵਾਲੀਆਂ ਖਬਰਾਂ ਨੇ ਔਰ ਕਿਉਂਕਿ ਲਗਾਤਾਰ ਇੱਕ ਸਾਲ ਭਰ ਤੋਂ ਕਿਉਂਕਿ ਪਿਛਲੇ ਮਾਰਚ ਤੋਂ ਇਹ ਜਿਹੜਾ ਉਹ ਵੈਸੇ ਤਾਂ ਦਸੰਬਰ ਦੇ ਅੰਤ ਤੱਕ ਉਸ ਤੋਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਸੀ ਲੇਕਿਨ ਜਨਵਰੀ ਦੇ ਵਿੱਚ ਖਾਸ ਤੌਰ ਤੇ ਜਿਹੜੇ ਉਹ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸੀ ਦੁਨੀਆਪਰ ਦੇ ਵਿੱਚ ਔਰ ਮਾਰਚ ਤੋਂ ਲੈ ਕੇ ਬਿਲਕੁਲ ਸਾਰੇ ਦਾ ਸਾਰਾ ਜਿਹੜੀ ਉਹ ਦੁਨੀਆ ਇੱਕ ਤਰ੍ਹਾਂ ਨਾਲ ਲਾਕਡਾਊਨ ਦੀਨ ਆ ਗਈ ਬੰਦ ਹੋ ਗਈ ਸਾਰੇ ਕਾਰੋਬਾਰ ਬੰਦ ਹੋ ਗਏ ਸਾਰਾ ਸਿਲਸਿਲਾ ਬੰਦ ਹੋ ਗਿਆ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਬੰਦ ਹੋ ਜਾਣਾ ਇੱਕ ਗੱਲ ਹੈ ਇੱਕ ਡਰ ਦਾ ਮਾਹੌਲ ਜਿਹੜਾ ਹੈ ਉਹ ਹਰ ਵਿਅਕਤੀ ਦੇ ਮਨ ਦੇ ਵਿੱਚ ਮਾਨਸਿਕਤਾ ਜਿਹੜੀ ਆ ਉਹ ਇੱਕਦਮ ਸੁਗੜ ਰਹੀ ਸੀਗੀ ਦੁਨੀਆ ਪਰ ਦੇ ਵਿਅਕਤੀਆਂ ਦੀ ਹੋਰ ਸਾਰੇ ਦੇ ਸਾਰੇ ਜਿਹੜਾ ਬਹੁਤ ਸਾਰਾ ਜਿਹੜਾ ਉਹ ਇਹ ਫੈਲਣਾ ਤਾਂ ਇੱਕ ਗੱਲ ਹੈ ਲੇਕਿਨ ਇਹਦਾ ਜਿਹੜਾ ਡਰ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਮਾਨਸਿਕ ਰੂਪ ਦੇ ਵਿੱਚ ਬਣ ਗਈ ਸੀ ਹਰ ਵਿਅਕਤੀ ਦੀ ਦੁਨੀਆ ਪਰ ਦੇ ਵਿੱਚ ਹੁਣ ਜਦੋਂ ਇਹ ਖਬਰਾਂ ਆ ਰਹੀਆਂ ਨੇ ਕਿ ਲਗਾਤਾਰ ਜਿਹੜਾ ਇੱਕ ਤਾਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਵੈਕਸੀਨ ਵੀ ਪ੍ਰਾਪਤ ਹੋ ਗਈ ਉਹਦੇ ਨਾਲ ਵੀ ਮਾਨਸਿਕ ਤੌਰ ਤੇ ਕਾਫੀ ਅਸਰ ਪਿਆ ਦੂਸਰਾ ਇਹ ਹੈ ਕਿ ਇਸ ਮਹਾਮਾਰੀ ਦੇ ਨਾਲ ਤੇ ਇਸ ਵਾਇਰਸ ਦੇ ਨਾਲ ਲੜਨ ਦਾ ਕਲਚਰ ਜਿਹੜਾ ਹੈ ਉਹ ਵੀ ਇੱਕ ਤਰ੍ਹਾਂ ਨਾਲ ਪੈਦਾ ਹੋ ਗਿਆ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਸੋਸ਼ਲ ਡਿਸਟੈਂਸਿੰਗ ਜਿਹਦੀ ਬੇहद ਜ਼ਰੂਰਤ ਸੀਗੀ ਜਿਹੜਾ ਉਸ ਮੁਢਲੇ ਤੌਰ ਤੇ ਡਾਕਟਰਾਂ ਨੇ ਵਿਗਿਆਨੀਆਂ ਨੇ ਕਿਹਾ ਸੀ ਕਿ ਅਗਰ ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖ ਲੋਗੇ ਸਮਾਜਿਕ ਦੂਰੀ ਇੱਕ ਦੂਸਰੇ ਤੋਂ ਰੱਖ ਲੋਗੇ ਤੇ ਇਸ ਬਿਮਾਰੀ ਦੇ ਉੱਪਰ ਤੁਸੀਂ ਕਾਬੂ ਪਾਉਣ ਦੇ ਵਿੱਚ ਸਹਾਇੀ ਹੋਗੇ ਬਿਮਾਰੀ ਤੁਹਾਡੇ ਨੇੜੇ ਨਹੀਂ ਟੁੱਕੇਗੀ ਦੂਸਰਾ ਇਹ ਕਿ ਲਗਾਤਾਰ ਜਿਹੜਾ ਉਹ ਹੈਂਡ ਵਾਸ਼ ਜਿਹੜਾ ਮਤਲਬ ਸੈਨੀਟਾਈਜ਼ਰ ਦੇ ਨਾਲ ਤੁਸੀਂ ਆਪਣੇ ਹੱਥ ਜਦੋਂ ਵੀ ਕਿਉਂਕਿ ਜ਼ਿਆਦਾਤਰ ਇਹ ਬਿਮਾਰੀ ਜਿਹੜੀ ਹੈ ਉਹ ਕਿਉਂਕਿ ਸਪਰਸ਼ ਨਾਲ ਖੈਲ ਦੀ ਸੀਗੀ ਲਾਗ ਦੀ ਬਿਮਾਰੀ ਸੀ ਐਸਐਲ ਦੇ ਵਿੱਚ ਕਿ ਜਦੋਂ ਤੁਸੀਂ ਇੱਕ ਦੂਜੇ ਦਾ ਸਪਰਸ਼ ਕਰਦੇ ਹੋ ਜਦੋਂ ਤੁਸੀਂ ਨੇੜੇ ਟੁੱਕਦੇ ਹੋ ਫਿਰ ਉਹ ਜਿਹੜਾ ਵਾਇਰਸ ਹੈ ਉਹ ਤੁਹਾਡੇ ਤੱਕ ਅੱਗੇ ਟਰੈਵਲ ਕਰਦਾ ਤੇ ਫਿਰ ਅੱਗੇ ਤੁਹਾਡੇ ਜਿਹੜੇ ਉਹ ਨੱਕ ਰਾਹੀਂ ਤੁਹਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੁੰਦਾ ਨੱਕ ਔਰ ਗਲੇ ਰਾਹੀਂ ਔਰ ਇਸ ਕਰਕੇ ਇਹ ਚੀਜ਼ਾਂ ਇੱਕ ਤਾਂ ਲਗਾਤਾਰ ਸੋਜੀ ਆ ਗਈ ਲੋਕਾਂ ਦੇ ਵਿੱਚ ਔਰ ਇੱਕ ਕਲਚਰ ਡਿਵੈਲਪ ਹੋ ਗਿਆ ਸਭਿਆਚਾਰ ਵਿਕਸਿਤ ਹੋ ਗਿਆ ਕਿਵੇਂ ਜੀਉਣਾ ਜੀਉਣ ਦੇ ਰੰਗ ਟੰਗ ਬਦਲ ਗਏ ਦੂਸਰਾ ਇਹ ਹੈ ਕਿ ਅਸਲ ਦੇ ਵਿੱਚ ਇਹ ਡਾਕਟਰੀ ਤੌਰ ਤੇ ਵੀ ਜਿਹੜੀ ਵੈਕਸੀਨ ਦੇ ਆਉਣ ਦੇ ਨਾਲ ਵੀ ਜਿਹੜਾ ਉਹ ਲਗਾਤਾਰ ਹੁਣ ਪਿਛਲੇ ਸਮੇਂ ਤੋਂ ਹੋ ਕੇ ਲੇਕਿਨ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਰਿਪੋਰਟਸ ਆ ਰਹੀਆਂ ਨੇ ਕਿ ਲਗਭਗ 1.5% ਦੀ ਲੋਕ ਹੀ ਹੈ ਜਿਹੜੇ ਹੁਣ ਇਸ ਵੇਲੇ ਜਿਹੜੇ ਆ ਉਹ ਇਹਦੇ ਜਿਹੜੇ ਵਾਇਰਸ ਦੇ ਜਿਹੜੇ ਉਹ ਸ਼ਿਕਾਰ ਜਿਹੜੇ ਹੈਗੇ ਨੇ ਔਰ ਲਗਾਤਾਰ ਜਦੋਂ ਕਿ ਕੁਝ ਸਮਾਂ ਪਹਿਲਾਂ ਤੱਕ ਜਿਹੜੇ ਆ ਉਹ ਹਰ ਜਿਹੜਾ ਉਹ 10ਵਾਂ ਵਿਅਕਤੀ ਜਿਹੜਾ ਉਹ ਇਹਦਾ ਸ਼ਿਕਾਰ ਹੈ ਸੀਗਾ ਮਤਲਬ ਇਸ ਤਰ੍ਹਾਂ ਦੀਆਂ ਇਹ ਖਬਰਾਂ ਜਿਹੜੀਆਂ ਇਹ ਬੇਹਦ ਤਸੱਲੀਪ੍ਰਦ ਖਬਰਾਂ ਨੇ ਔਰ ਲਗਾਤਾਰ ਜਿਹੜਾ ਇਹ ਗ੍ਰਾਫ ਜਿਹੜਾ ਉਹ ਘਟਦਾ ਜਾ ਰਿਹਾ ਹੋਰ ਜ਼ਿਆਦਾ ਅੱਗੇ ਫੈਲਣਾ ਘਟਦਾ ਜਾ ਰਿਹਾ ਹੋਰ ਜ਼ਿਆਦਾ ਜਿਹੜਾ ਉਹ ਖੁੱਲ ਰਿਹਾ ਦੇਖੋ ਹੁਣ ਤੁਸੀਂ ਦੇਖੋ ਕਿ ਜਿੱਦਾਂ ਹੁਣ ਆਪਾਂ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਤੇ ਸਕੂਲ ਕਾਲਜ ਵੀ ਇੱਕ ਤਰ੍ਹਾਂ ਨਾਲ ਖੁੱਲ ਗਏ ਨੇ ਦਫ਼ਤਰ ਵੀ ਖੁੱਲ ਗਏ ਨੇ ਔਰ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਉਹ ਪਹਿਲੀ ਫਰਵਰੀ ਤੋਂ ਜਿਹੜੇ ਉਹ ਸਿਨੇਮਾ ਘਰ ਵੀ ਖੁੱਲ ਗਏ 100% ਜਿਹੜੀ ਉਹ ਹਾਜ਼ਰੀ ਨਾਲ ਉਹ ਖੋਲੇ ਜਾ ਸਕਦੇ ਆ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਖੁੱਲਣਾ ਲੈਣ ਦੇ ਬਾਵਜੂਦ ਲਗਾਤਾਰ ਜਿਹੜਾ ਇਹਦਾ ਜਿਹੜਾ ਪ੍ਰਸਾਰ ਹੈ ਉਹ ਘਟਦਾ ਜਾ ਰਿਹਾ ਹੈ ਇਹ ਕਾਫੀ ਤਸੱਲੀ ਵਾਲੀ ਗੱਲ ਹੈ ਜੀ ਵੈਕਸੀਨੇਸ਼ਨ ਦੇ ਵੀ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜੇਕਰ ਅਸੀਂ ਜਲੰਧਰ ਦੀ ਗੱਲ ਕਰੀਏ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਵਿੱਚ ਵੀ ਟੀਕਾਕਰਨ ਜ਼ੋਰਾਂ ਤੇ ਹੈ ਤੁਹਾਡਾ ਕਿਸ ਤਰ੍ਹਾਂ ਦਾ ਨਜ਼ਰੀਆ ਹੈ ਹਾਂ ਬਿਲਕੁਲ ਅਸਲ ਦੇ ਵਿੱਚ ਸਾਰੇ ਦੇਸ਼ ਭਰ ਦੇ ਵਿੱਚ ਹੀ ਵੈਕਸੀਨੇਸ਼ਨ ਜਿਹੜੀ ਹੈ ਇਹਦੀ ਮਤਲਬ ਔਰ ਵੈਕਸੀਨ ਜਿਸ ਤਰ੍ਹਾਂ ਜਿਹੜੀ ਉਹ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਨੈਸ਼ਨਲ ਲੈਵਲ ਤੇ ਕਿਉਂਕਿ ਆਪਾਂ ਸ਼ੁਰੂ ਤੋਂ ਲੈ ਕੇ ਦੇਖਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਉਹ ਬਾਕੀ ਦੇਸ਼ਾਂ ਦੇ ਮੁਕਾਬਲੇ ਦੁਨੀਆ ਦੇ ਮੁਕਾਬਲੇ ਹਿੰਦੁਸਤਾਨ ਦੀ ਜਿਹੜੀ ਇਸ ਪਾਸੇਬਲ ਜੋ ਧਿਆਨ ਦਿੱਤਾ ਹਿੰਦੁਸਤਾਨ ਨੇ ਜੋ ਪਲੈਨਿੰਗ ਸੀਗੀ ਹਿੰਦੁਸਤਾਨ ਦੀ ਉਹ ਕਾਫੀ ਜਿਹੜੀ ਉਹ ਤਸੱਲੀਬਖਸ਼ ਸੀਗੀ ਕਿਉਂਕਿ ਸ਼ੁਰੂ ਤੋਂ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜਿਹੜਾ ਜਿਵੇਂ ਕਿ ਸਾਡੀਆਂ ਤਿੰਨ ਜਿਹੜੀਆਂ ਪਰਜੋਗ ਖਲਾਮ ਸੀ ਉਹਨਾਂ ਦਾ ਆਪ ਨਿੱਜੀ ਤੌਰ ਤੇ ਦੌਰਾ ਕਰਕੇ ਚਾਹੇ ਹైదరాబాద్ ਸੀ ਚਾਹੇ ਪੂਨੇ ਸੀ ਮਤਲਬ ਉੱਥੇ ਜਾ ਕੇ ਜਿਹੜਾ ਇਹਦੇ ਵੱਲ ਧਿਆਨ ਦੇ ਕੇ ਔਰ ਜਿੰਨੀ ਜਲਦੀ ਤੋਂ ਜਲਦੀ ਸਗੋਂ ਹਿੰਦੁਸਤਾਨ ਜਿਹੜਾ ਹੈ ਉਹ ਦੂਸਰੇ ਦੇਸ਼ਾਂ ਨੂੰ ਵੀ ਜਿਹੜਾ ਹੈ ਉਹ ਵੈਕਸੀਨ ਸਪਲਾਈ ਕਰਨ ਦੇ ਵਿੱਚ ਮੋਰੀ ਰੋਲ ਅਦਾ ਕਰਿਆ ਜਿਵੇਂ ਹੁਣ ਜਿਹੜਾ ਉਹ ਬਜਟ ਤੋਂ ਬਾਅਦ ਰਿਐਕਸ਼ਨ ਦਿੰਦਿਆਂ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਸਾਨੂੰ ਆਪਣੀ ਜਾਨ ਦਾ ਵੀ ਫਿਕਰ ਹੈ ਤੇ ਸਾਨੂੰ ਜਹਾਨ ਦਾ ਵੀ ਫਿਕਰ ਹੈ ਮਤਲਬ ਇਹ ਇੱਕ ਆਪਣੇ ਆਪ ਦੇ ਵਿੱਚ ਹੁਣ ਜਿਹੜਾ ਉਹ ਕਿਉਂਕਿ ਵੈਕਸੀਨ ਜਿਹੜੀ ਹੈ ਉਹ ਜਦੋਂ ਕਿਸੇ ਵਿਅਕਤੀ ਨੂੰ ਲਗਾਈ ਜਾਂਦੀ ਹੈ ਉਹ ਤੋਂ ਬਾਅਦ 28 ਦਿਨਾਂ ਦੀ ਸਾਵਧਾਨੀ ਜਿਹੜੀ ਹੈ ਉਹ ਦੱਸੀ ਗਈ ਹੈ ਕਿ 28 ਦਿਨਾਂ ਤੱਕ ਫੇਰ ਵੀ ਤੁਸੀਂ ਸੁਜਾਗ ਰਹਿਣਾ ਫੇਰ ਵੀ ਤੁਸੀਂ ਜਿਹੜਾ ਉਹਦੀ ਪੂਰੀ ਤਰ੍ਹਾਂ ਜਿਹੜਾ ਉਹ ਜੋ ਪਹਿਲੇ ਗਾਈਡਲਾਈਨਸ ਨੇ ਉਹਨਾਂ ਉੱਪਰ ਜਿਹੜਾ ਉਹ ਤੁਸੀਂ ਪੈਰਾ ਦੇਣਾ ਔਰ ਹੁਣ ਜਿਹੜਾ ਉਹ ਦੂਸਰਾ ਦੌਰ ਸ਼ੁਰੂ ਹੋ ਗਿਆ ਕੱਲ ਜਲੰਧਰ ਦੇ ਵਿੱਚ ਵੀ ਕੱਲ ਜਲੰਧਰ ਦੇ ਈਵਨ ਐਂਡ ਡਿਪਟੀ ਕਮਿਸ਼ਨਰ ਜਿਹੜੇ ਨੇ ਕਨਸ਼ਾਮ ਥੋਰੀ ਉਹਨਾਂ ਨੇ ਆਪ ਜਿਹੜੀ ਹੈ ਉਹ ਆਪਣੇ ਵੈਕਸੀਨ ਲਗਵਾਈ ਔਰ ਜਿਹੜੇ ਦਿਹਾਤੀ ਦੇ ਔਰ ਜਿਹੜੇ ਐਸਐਸਪੀ ਪੂਰੀ ਪੁੱਲਨੇ ਉਹਨਾਂ ਨੇ ਵੀ ਆਪ ਜਿਹੜੀ ਉਹ ਵੈਕਸੀਨ ਲਗਵਾਈ ਪਰ ਅੱਗੇ ਹੋ ਕੇ ਕਿਉਂਕਿ ਇਹਦੇ ਲਈ ਇੱਕ ਹੋਰ ਬਹੁਤ ਜ਼ਰੂਰੀ ਇਸ਼ੂ ਜੀ ਕਿ ਉਹ ਇਹ ਹੈ ਕਿ ਇਹਦੇ ਵਾਸਤੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਵੈਕਸੀਨ ਜਿਹੜੀ ਹੈ ਉਹ ਆਈ ਆ ਮਾਰਕੀਟ ਦੇ ਵਿੱਚ ਜਦੋਂ ਤੋਂ ਲੱਗਣੀ ਸ਼ੁਰੂ ਹੋਈ ਹੈ ਉਦੋਂ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭਰਮ ਭਲੇਖਿਆ ਵਾਲੀਆਂ ਵੀ ਨਾਲ-ਨਾਲ ਹੀ ਆਈਆਂ ਜਿਵੇਂ ਸ਼ੁਰੂ-ਸ਼ੁਰੂ ਦੇ ਵਿੱਚ ਇਹਦੇਤੇ ਕੰਤੂ-ਪਰੰਤੂ ਕੀਤੇ ਗਏ ਪਰ ਇਸ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਆਪਣੇ ਜਿਹੜੇ ਉਹ ਅਧਿਕਾਰੀ ਨੇ ਉਹ ਜਦੋਂ ਆਪ ਅੱਗੇ ਹੋ ਕੇ ਲਗਾਉਂਦੇ ਤੇ ਉਹਦੇ ਨਾਲ ਫਿਰ ਵੈਕਸੀਨ ਲਗਾਉਣ ਦਾ ਕਲਚਰ ਵੀ ਵਿਕਸਿਤ ਹੁੰਦਾ ਹੈ ਉਹਦੇ ਵਿੱਚ ਫਿਰ ਲੋਕਾਂ ਦੇ ਵਿੱਚ ਇੱਕ ਹੌਸਲਾ ਹੁੰਦਾ ਹੈ ਕਿ ਇਹ ਵੀ ਲਗਵਾ ਰਿਹਾ ਇਹ ਵੀ ਲਗਵਾ ਰਿਹਾ ਹੁਣ ਕੱਲ ਤੋਂ ਜਿਹੜਾ ਇਹਨਾਂ ਨੇ ਜਿਹੜਾ ਕਿਉਂਕਿ ਪਹਿਲਾਂ ਫਰੰਟਲਾਈਨ ਵਰਕਰਾਂ ਨੂੰ ਸਿਹਤ ਕਰਮਚਾਰੀਆਂ ਨੂੰ ਲਗਵਾਣੀ ਜਿਹੜੀ ਉਹ ਜ਼ਰੂਰੀ ਕੀਤੀ ਸੀਗੀ ਦੇਸ਼ ਭਰ ਦੇ ਵਿੱਚ ਹੁਣ ਜਿਹੜਾ ਉਹ ਪੁਲਿਸ ਕਰਮੀਆਂ ਨੂੰ ਵੀ ਕੱਲ ਜਿਹੜਾ ਉਹ ਜਲੰਧਰ ਦੇ ਵਿੱਚ ਵੀ ਹੋਇਆ ਬਹੁਤ ਸਾਰੇ ਜਿਹੜੇ ਉਹ ਪੁਲਿਸ ਕਰਮੀ ਜਿਹੜੇ ਆਪਣੀਆਂ ਡਿਊਟੀਆਂ ਤੇ ਪਿਛਲੇ ਸਮੇਂ ਦੇ ਵਿੱਚ ਰਹੇ ਆ ਉਹਨਾਂ ਦੇ ਵੀ ਵੈਕਸੀਨ ਲਗਵਾਈ ਗਈ ਔਰ ਸਭ ਤੋਂ ਜਿਹੜੀ ਉਹ ਤਸੱਲੀ ਵਾਲੀ ਗੱਲ ਇਹ ਸੀ ਕਿ ਜਿੰਨੇ ਅਧਿਕਾਰੀ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਪੁਲਿਸ ਅਧਿਕਾਰੀਆਂ ਤੱਕ ਤੇ ਥੱਲੇ ਵਾਲੀਆਂ ਅਧਿਕਾਰੀਆਂ ਤੱਕ ਉਹਨਾਂ ਸਾਰਿਆਂ ਨੇ ਵੀ ਕੱਲ ਜਿਹੜਾ ਉਹ ਵੈਕਸੀਨ ਲਗਵਾਈ ਹੈ ਜਲੰਧਰ ਦੇ ਵਿੱਚ ਇਹਦੇ ਨਾਲ ਜਿਹੜਾ ਇਸ ਤਰ੍ਹਾਂ ਮਤਲਬ ਲਗਵਾਉਣ ਦੇ ਨਾਲ ਜਿਹੜਾ ਉਹ ਲੋਕਾਂ ਦੇ ਵਿੱਚ ਇੱਕ ਵੈਕਸੀਨ ਬਾਰੇ ਜੋ ਭਰਮ ਭੁਲੇਖੇ ਆ ਉਹ ਵੀ ਦੂਰ ਹੁੰਦੇ ਆ ਦੂਸਰੀ ਗੱਲ ਇਹ ਆ ਕਿ ਲਗਾਤਾਰ ਇਸ ਤਰ੍ਹਾਂ ਲਗਾਉਣ ਦੇ ਨਾਲ ਜਿਹੜਾ ਉਹ ਫਰੰਟ ਲਾਈਨ ਵਰਕਰ ਜਿਹੜੇ ਆ ਉਹ ਤਾਂ ਸਿਹਤਮੰਦ ਹੋਣਗੇ ਹੀ ਅਗਲੇ ਸਮੇਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਵੀ ਇਹ ਜਾਗਰਤੀ ਪੈਦਾ ਹੁੰਦੀ ਹੈ ਕਿਉਂਕਿ ਪ੍ਰਬੰਧਨ ਦੇ ਹਿਸਾਬ ਦੇ ਨਾਲ ਕੱਲ ਜਿੰਨੇ ਸੈਂਟਰ ਬਣਾਏ ਗਏ ਸੀਗੇ ਜਲੰਧਰ ਦੇ ਵਿੱਚ ਪ੍ਰਤੀ ਸੈਂਟਰ ਜਿਹੜਾ ਉਹ ਲਗਭਗ 100 ਵਿਅਕਤੀਆਂ ਨੂੰ ਜਿਹੜੀ ਉਹ ਇੱਕ ਵੇਲੇ ਲਗਾਉਣ ਦਾ ਜਿਹੜਾ ਉਹ ਪ੍ਰਬੰਧਾਨ ਸੀ ਉਹਦੇ ਵਿੱਚ ਹੈ ਸੀ ਔਰ ਕੱਲ ਇਹਦੇ ਵਿੱਚ ਕਾਫੀ ਜਿਹੜਾ ਜ਼ੋਰ ਸ਼ੋਰ ਦੇ ਨਾਲ ਔਰ ਲੋਕਾਂ ਨੇ ਲਗਵਾਇਆ ਹੁਣ ਇਹ ਗੱਲ ਜਿਹੜੀ ਆ ਲਗਾਤਾਰ ਜਿਹੜੀ ਕਿਉਂਕਿ ਸਰਕਾਰ ਜਿਹੜੀ ਹੈ ਉਹ ਲਗਾਤਾਰ ਇੱਕ ਤਾਂ ਇਹ ਹੈ ਕਿ ਦੇ ਤੌਰ ਤੇ ਹਿੰਦੁਸਤਾਨ ਦੇ ਲੋਕਾਂ ਦੀ ਸਿਹਤ ਠੀਕ ਹੋਵੇ ਦੁਨੀਆ ਭਰ ਦੇ ਵਿੱਚ ਇਹਦਾ ਅੱਛਾ ਮੈਸੇਜ ਜਾਵੇ ਤੇ ਦੁਨੀਆ ਭਰ ਨੂੰ ਜਿਹੜਾ ਉਹ ਇਹ ਵੈਕਸੀਨ ਜਿਹੜੀ ਭਾਰਤ ਦੇ ਵਿੱਚ ਵਿਕਸਿਤ ਹੋਈ ਹੈ ਸਾਡੀ ਇੱਕ ਤਰ੍ਹਾਂ ਨਾਲ ਆਪਣੀ ਲੱਭਤ ਹੈ ਸਾਡੇ ਵਿਗਿਆਨੀਆਂ ਦੀ ਸਾਡੇ ਡਾਕਟਰਾਂ ਦੀ ਜਿਹੜੀ ਉਹ ਕਮਾਲ ਹੈ ਉਹਨੂੰ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਭੇਜਿਆ ਜਾਣਾ ਵੀ ਬੇਹਦ ਜ਼ਰੂਰੀ ਹੈ ਇਸ ਕਰਕੇ ਜਿਹੜਾ ਇਸ ਵੇਲੇ ਜਿਹੜਾ ਉਹ ਇਸ ਦਾ ਮਤਲਬ ਦੂਸਰਾ ਇੱਕਪ ਜੇ ਲੈ ਲਈਏ ਕਿ ਇਹ ਵੈਕਸੀਨ ਜਿੱਥੇ ਵੈਕਸੀਨ ਲਗਾਉਣਾ ਜ਼ਰੂਰੀ ਹੈ ਹੁਣ ਦੂਸਰਾ ਪੜਾਅ ਸ਼ੁਰੂ ਹੋ ਗਿਆ ਫਿਰ ਅੱਗੋਂ ਤੀਸਰਾ ਪੜਾਅ ਸ਼ੁਰੂ ਹੋ ਗਿਆ ਜਿੱਥੇ ਲਗਾਉਣਾ ਜ਼ਰੂਰੀ ਹੈ ਫੇਰ ਵੀ ਜਿਹੜਾ ਉਹ ਸਾਡੇ ਡਾਕਟਰਾਂ ਨੇ ਵਿਗਿਆਨੀਆਂ ਨੇ ਇਹ ਅਗਾਜ਼ ਜ਼ਰੂਰ ਕੀਤਾ ਸਾਰਿਆਂ ਨੂੰ ਕਿ ਜਿਹੜਾ ਇਹਦੇ ਵਾਸਤੇ ਸਾਵਧਾਨੀ ਬੇहद ਜ਼ਰੂਰੀ ਹੈ ਉਹ ਨਹੀਂ ਛੱਡਣੀ ਔਰ 28 ਦਿਨਾਂ ਤੱਕ ਤਾਂ ਪ੍ਰੈਸਕ੍ਰਾਈਬਡ ਹੈ ਹੀ ਹੈ ਉਸ ਤੋਂ ਬਿਨਾ ਵੀ ਜਿਹੜਾ ਇਹ ਦੁਨੀਆ ਭਰ ਦੇ ਵਿੱਚ ਵੀ ਇਹ ਮੰਨਿਆ ਗਿਆ ਕਿ ਮਾਸਕ ਪੈਨਣਾ ਬੇहद ਜ਼ਰੂਰੀ ਹੈ ਔਰ ਹੈਂਡ ਵਾਸ਼ ਕਰਨਾ ਬੇहद ਜ਼ਰੂਰੀ ਹੈ ਆਪਾਂ ਸਾਰਿਆਂ ਨੂੰ ਇਹ ਦੂਰਦਰਸ਼ਨ ਦੇ ਮਾਧਿਅਮ ਨਾਲ ਕਹਿਣਾ ਚਾਹੁੰਦੇ ਹਾਂ ਕਿ ਇਸ ਗੱਲ ਤੋਂ ਜੇ ਸਾਰਾ ਕੁਝ ਜਿਹੜਾ ਉਹ ਆ ਰਿਹਾ ਹੈ ਤੇ ਇਸ ਗੱਲ ਤੋਂ ਵੇਸਲੇ ਨਹੀਂ ਹੋਣਾ ਜੀ ਅਗਲੀ ਖਬਰ ਜਿਹੜੀ ਅਹਿਮ ਹੈ ਅੱਜ ਦੀ ਉਸ ਦੇ ਅਨੁਸਾਰ ਸੁਪਰੀਮ ਕੋਰਟ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਸਨੇ ਕਿਹਾ ਹੈ ਕਿ ਰੁੱਖਾਂ ਦਾ ਕਾਹਨ ਕਰਕੇ ਲਗਾਤਾਰ ਰੁੱਖਾਂ ਨੂੰ ਕੱਟ ਕੇ ਅਸੀਂ ਆਪਣਾ ਵਾਤਾਵਰਣ ਖਰਾਬ ਨਹੀਂ ਕਰ ਸਕਦੇ ਪੂਰਾ ਮਾਮਲਾ ਕੀ ਹੈ ਦੇਖੋ ਅਸਲ ਦੇ ਵਿੱਚ ਇਹ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆ ਇਹ ਇੱਕ ਪਟੀਸ਼ਨ ਉੱਤੇ ਆਈ ਸੀਗੀ ਜਿਹੜੀ ਅਸਲ ਦੇ ਵਿੱਚ ਬੰਗਾਲ ਨਾਲ ਸੰਬੰਧਿਤ ਹੈ ਬੰਗਾਲ ਤੋਂ ਅੱਗੇ ਬੰਗਲਾਦੇਸ਼ ਵਾਲੀ ਸਰਹੱਦ ਉੱਤੇ ਜਿਹੜੀ ਸੜਕ ਬਣ ਰਹੀ ਹੈ ਉਹਦੇ ਉੱਪਰ ਕੁਝ ਅਜਿਹੇ ਰੁੱਖ ਨੇ ਜਿਹੜੇ ਸੈਂਕੜੇ ਸਾਲ ਪੁਰਾਣੇ ਨੇ ਉਹਨਾਂ ਦੀ ਰਾਖੀ ਵਾਸਤੇ ਇਹ ਪਟੀਸ਼ਨਾਂ ਜਿਹੜੀਆਂ ਦਾਖਲ ਹੋਈਆਂ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੇ ਹੁਣ ਤੱਕ ਦੇ ਨਿਜਮ ਬਣਾਏ ਗਿਆ ਸੁਪਰੀਮ ਕੋਰਟ ਨੇ ਆਪ ਹੀ ਕਿਹਾ ਕਿ ਉਹ ਉਹਨਾਂ ਨਿਜਮਾਂ ਨਾਲ ਸਹਿਮਤ ਨਹੀਂ ਹੈਗੇ ਔਰ ਕਿਸੇ ਵੀ ਤਰ੍ਹਾਂ ਵਿਕਾਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਟਰੈਡੀਸ਼ਨਲ ਤੌਰ ਤੇ ਔਰ ਦੂਸਰੀ ਗੱਲ ਕਿ ਜਿਹੜੇ ਵਾਤਾਵਰਨ ਦੀ ਸੁਰੱਖਿਆ ਵਾਸਤੇ ਇੰਨਾ ਕੁਝ ਜਿਹੜਾ ਉਹ ਕਿਉਂਕਿ ਇੱਕ ਰੁੱਖ ਨੂੰ ਤਿਆਰ ਹੋਣ ਦੇ ਵਿੱਚ ਜੋ ਜਿਹਨੂੰ ਆਪਾਂ ਮਤਲਬ ਘੱਟ ਤੋਂ ਘੱਟ ਵੀ ਜੇ ਸਮਾਂ ਲਗਾ ਲਈਏ ਤੇ 8-10 ਸਾਲ ਲੱਗਦੇ ਆ ਜੇ ਮਤਲਬ ਨਵੀਂ ਕਿਸਮ ਦੇ ਰੁੱਖ ਆਪਾਂ ਲਗਾ ਲਈਏ ਤੇ ਜਿਹੜੇ ਪੁਰਾਣੇ ਸਾਡੇ ਰਵਾਇਤੀ ਰੁੱਖ ਨੇ ਉਹ ਤਾਂ 100-100 ਸਾਲ ਤੋਂ ਖੜੇ ਨੇ ਤੇ ਇਹ ਜਿਹਨਾਂ ਰੁੱਖਾਂ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਆ ਉਹ ਵੀ ਸੈਂਕੜੇ ਸਾਲ ਪੁਰਾਣੇ ਰੁੱਖ ਨੇ ਅਸਲ ਦੇ ਵਿੱਚ ਗੱਲ ਇਹ ਆ ਕਿ ਜਿੱਦਾਂ ਜਿੱਦਾਂ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਧਰਤੀ ਦਾ ਵਾਤਾਵਰਨ ਜਿਹੜਾ ਉਹ ਲਗਾਤਾਰ ਵਿਗੜਦਾ ਜਾ ਰਿਹਾ ਹੈ ਵਿਗੜਦਾ ਇਸੇ ਕਰਕੇ ਜਾ ਰਿਹਾ ਹੈ ਕਿ ਅਸੀਂ ਅਸਲ ਦੇ ਵਿੱਚ ਜੋ ਸਾਡੇ ਰਵਾਇਤੀ ਜੰਗਲ ਨੇ ਜੋ ਸਾਡੀ ਰਵਾਇਤੀ ਹਰੀਆਲੀ ਆ ਉਹਨੂੰ ਕੱਟ ਕੇ ਅਸੀਂ ਕੰਕਰੀਟ ਦੇ ਜੰਗਲ ਉਸਾਰਨੇ ਸ਼ੁਰੂ ਕਰ ਦਿੱਤੇ ਉਸਾਰੀ ਆਪਣੇ ਆਪ 'ਚ ਦੇਖਣ ਨੂੰ ਲੱਗਦੀ ਹੈ ਕਿ ਬਹੁਤ ਇੱਕ ਲਬਾਉਣੀ ਗੱਲ ਹੈ ਤੇ ਜਿਹੜਾ ਉਹ ਬੰਦਿਆਂ ਨੂੰ ਵਿਕਸਿਤ ਹੋਣਾ ਚਾਹੀਦਾ ਸਾਰੀਆਂ ਜਿਹੜਾ ਉਹ ਇਨਫਰਾਸਟ੍ਰਕਚਰ ਯਰ ਹੋਰ ਜਿਆਦਾ ਵਿਕਸਿਤ ਹੋਣਾ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਟ੍ਰੈਡੀਸ਼ਨਲ ਤੌਰ ਤੇ ਕਿਉਂਕਿ ਉਹਦੇ ਨਾਲ ਫਿਰ ਵਾਤਾਵਰਣ ਸਾਰਾ ਵਿਗੜਦਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਉਹ ਵਾਸ਼ਪੀਕਰਨ ਦੇ ਨਾਲ ਫਿਰ ਰੁੱਖਾਂ ਦੇ ਵਿੱਚ ਜਿਹੜਾ ਉਹ ਜਿਹੜਾ بارش ਦਾ ਸੰਬੰਧ ਵੀ ਸਿੱਧਾ ਜਿਹੜਾ ਉਹ ਤਾਜ਼ਾ ਹਵਾ ਦਾ ਸੰਬੰਧ ਵੀ ਆਕਸੀਜਨ ਕਾਰਬਨ ਜਿਵੇਂ ਕਨਵਰਟ ਹੁੰਦੀ ਹੈ ਉਹਦੇ ਵਿੱਚ ਰੁੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਤੇ ਸੁਪਰੀਮ ਕੋਰਟ ਨੇ ਕੱਲ ਇਹ ਹੀ ਕਿਹਾ ਹੈ ਕਿ ਤੁਸੀਂ ਕੋਈ ਹੋਰ ਢੰਗ ਤਰੀਕੇ ਅਪਣਾਓ ਔਰ ਦੂਸਰੀ ਗੱਲ ਇਹ ਹੈ ਕਿ ਪਹਿਲਾਂ ਵੀ ਇਹ ਨਿਯਮ ਆਏ ਸਿਗੇ ਕਿ ਜੇ ਤੁਸੀਂ ਇੱਕ ਰੁੱਖ ਪੱਟਣਾ ਤੇ ਉਹਦੇ ਬਦਲੇ ਦੇ ਵਿੱਚ ਇੱਕ ਦੂਸਰਾ ਰੁੱਖ ਜਿਹੜਾ ਉਹ ਲੱਗਣਾ ਚਾਹੀਦਾ ਹੈ ਜਦੋਂ ਉਹ ਦੂਸਰਾ ਰੁੱਖ ਲੱਗਣਾ ਚਾਹੀਦਾ ਉਹਦੇ ਵਿੱਚ ਇੱਕ ਹੋਰ ਮਤਲਬ ਪ੍ਰੈਕਟੀਕਲ ਗੱਲ ਇਹ ਹੈ ਕਿ ਦੂਸਰਾ ਰੁੱਖ ਤੁਸੀਂ ਜਿਹੜਾ ਉਹ ਸ਼ੁਰੂ ਤੋਂ ਲਗਾਉਂਗੇ ਜਦੋਂ ਸ਼ੁਰੂ ਤੋਂ ਲਗਾਉਂਗੇ ਤੇ ਫਿਰ ਉਹਨੂੰ 8-10 ਸਾਲ ਲੱਗਣਗੇ ਤੇ ਉਹ 8-10 ਸਾਲ ਅਸਲ ਦੇ ਵਿੱਚ ਜਦੋਂ ਤੁਸੀਂ ਉਹ ਰੁੱਖ ਪੱਟਣਾ ਪਹਿਲੇ ਵਾਲਾ ਦੂਸਰਾ ਰੁੱਖ ਜਿਹੜਾ ਉਹਦੀ ਜਗ੍ਹਾ ਤੇ ਲੱਗਣਾ ਹੈ ਉਹ ਅਸਲ ਦੇ ਵਿੱਚ ਤੁਹਾਨੂੰ ਪਲੀ ਪਲੀ ਪਲੈਨਿੰਗ ਕਰਨੀ ਪੈਗੀ ਉਹ ਪਹਿਲਾਂ ਲਗਾਉਣਾ ਪੈਗਾ ਤਾਂ ਕਿ 8-10 ਸਾਲ ਦੇ ਵਕਫੇ ਤੋਂ ਬਾਅਦ ਜਦੋਂ ਉਹ ਰੁੱਖ ਤਿਆਰ ਹੋ ਜਾ ਤੇ ਸਮੇਂ ਦੇ ਵਿੱਚ ਇਹ ਵੀ ਆਇਆ ਸੀਗਾ ਕਿ ਰੁਕ ਐਜ਼ ਇਟ ਇਜ਼ ਜਿਹੜੇ ਆ ਉਹ ਮਸ਼ੀਨਾਂ ਰਾਹੀਂ ਪੱਟ ਕੇ ਦੂਸਰੇ ਜਗ੍ਹਾ ਤੇ ਉਹ ਗੱਡੇ ਜਾਣ ਮਤਲਬ ਉਹਨਾਂ ਨੂੰ ਜਿਹੜਾ ਉਹ ਕੱਟਿਆ ਨਾ ਜਾਵੇ ਉਹਨਾਂ ਨੂੰ ਐਜ਼ ਇਟ ਇਜ਼ ਰੀਪਲੇਸ ਕੀਤਾ ਜਾਵੇ ਪਰ ਉਹ ਬਹੁਤ ਮਹਿੰਗੀ ਪੈਂਦੀ ਆ ਉਹ ਟੈਕਨੀਕ ਜਿਹੜੀ ਹੈ ਇਸ ਕਰਕੇ ਉਹਦੇ ਉੱਤੇ ਅਮਲ ਨਹੀਂ ਕੀਤਾ ਗਿਆ ਤੇ ਹੁਣ ਆਪਾਂ ਇਹ ਸਮਝਦੇ ਆ ਕਿ ਅਸਲ ਦੇ ਵਿੱਚ ਇਹਦੇ ਬਾਰੇ ਜਾਗਰੂਕਤਾ ਪੈਦਾ ਹੋਣੀ ਵੀ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਬਹੁਤ ਸਾਰੇ ਜਿਹੜੇ ਉਹ ਸਮਾਜਿਕ ਕਾਰਜਕਰਤਾ ਇਸ ਕੰਮ ਲਈ ਹਮੇਸ਼ਾ ਜਾਗਰਤੀ ਪੈਦਾ ਕਰਦੇ ਰਹਿੰਦੇ ਆਪਾਂ ਨੂੰ ਪੰਜਾਬ ਵਿੱਚ ਵੀ ਆਪਾਂ ਜਾਣਦੇ ਆ ਔਰ ਜਿਹੜਾ ਉਹ ਸੜਕਾਂ ਦੇ ਕਿਨਾਰੇ-ਕਿਨਾਰੇ ਜਿੱਦਾਂ ਰੁੱਖ ਲਗਾਏ ਜਾਂਦੇ ਆ ਸੰਸਥਾਵਾਂ ਵੱਲੋਂ ਉਹ ਇਸੇ ਪਰਪਸ ਲਈ ਲਗਾਏ ਜਾਂਦੇ ਆ ਕਿ ਸਾਡਾ ਵਾਤਾਵਰਨ ਖਰਾਬ ਨਾ ਹੋਵੇ ਔਰ ਵਾਤਾਵਰਨ ਦੇ ਨਾਲ ਸਾਡੀ ਜੁੜੀ ਹੋਈ ਹੈ ਸਿਹਤ ਸਿਹਤ ਦੇ ਨਾਲ ਸਾਡਾ ਅੱਗੋਂ ਜਿਹੜਾ ਉਹ ਵਿਕਾਸ ਜੁੜਿਆ ਹੋਇਆ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹਦੇ ਬਾਰੇ ਸੁਜਗ ਹੋਣਾ ਔਰ ਕੱਲ ਦੀ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਤਾਂ ਹੋਰ ਵੀ ਜ਼ਰੂਰੀ ਹੋ ਗਿਆ ਕਿ ਅਸੀਂ ਆਪਣੇ ਤੌਰ ਤੇ ਵਿਅਕਤੀਗਤ ਤੌਰ ਤੇ ਵੀ ਇਹਦੇ ਬਾਰੇ ਸੁਜਗ ਹੋਈਏ ਜੀ ਇਸੇ ਨਾਲ ਹੀ ਜਾਂਦੇ ਜਾਂਦੇ ਆਖਰੀ ਖਬਰ ਤੇ ਛਾਤ ਜ਼ਰੂਰ ਪਾਵਾਂਗੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਯਾਨੀ ਕਿ ਐਚ ਏ ਐਲ ਨੇ ਦੇਸ਼ ਵਿੱਚ ਹੀ ਬਣੇ ਲੜਾਕੂ ਜਹਾਜ਼ ਤੇਜ ਤੇਜਸ ਦੇ ਵਿੱਚ ਇੱਕ ਨਵੀਂ ਤਬਦੀਲੀ ਕੀਤੀ ਹੈ ਕੁਝ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ ਨੇ ਇਹ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਨੇ ਤੇਜਸ ਸਾਡਾ ਲੜਾਕੂ ਜਿਹੜਾ ਉਹ ਜਹਾਜ਼ ਹੈ ਜੰਗੀ ਜਹਾਜ਼ ਜਿਹਦੇ ਵਿੱਚ ਅਸੀਂ ਜਿਹੜਾ ਉਹ ਦੁਸ਼ਮਣ ਦੇ ਉੱਪਰ ਜਿਹੜਾ ਉਹ ਬੰਬ ਵਰਸਾਉਣ ਤੇ ਉਹਦੀ ਉੱਤੇ ਨਿਗਰਾਨੀ ਰੱਖਣ ਦਾ ਬਹੁਤ ਕੰਮ ਜਿਹੜਾ ਉਹ ਪਿਛਲੇ ਸਮੇਂ ਤੋਂ ਜਿਹੜਾ ਆਪਾਂ ਕਰ ਰਹੇ ਜਦੋਂ ਦਾ ਇਹ 에어ਪੋਰਟਸ ਵਿੱਚ ਦਾਖਲ ਹੋਇਆ ਲੇਕਿਨ ਹੁਣ ਇਹਨੂੰ ਨਵੇਂ ਤੌਰ ਤੇ ਵਿਕਸਿਤ ਕਰਕੇ ਇਹਦੇ ਨਾਲ ਡਰੋਨ ਸਿਸਟਮ ਨੂੰ ਜੋੜ ਦਿੱਤਾ ਗਿਆ ਕਿ ਇਹ ਇਹ ਹੈ ਕਿ ਜਿੱਕਦਾ ਉਹ ਨਿਗਰਾਨੀ ਕਰਕੇ ਤੇ ਉੱਥੇ ਮਿਜ਼ਾਈਲ ਹਵਾ ਤੋਂ ਹਵਾ ਦੇ ਵਿੱਚ ਮਿਜ਼ਾਈਲ ਜਿਹੜਾ ਉਹ ਵਰਤਣੀ ਇਹ ਤਾਂ ਪਹਿਲਾਂ ਵੀ ਉਹਦਾ ਹਿੱਸਾ ਹੈ ਸੀ ਲੇਕਿਨ ਹੁਣ ਉਹ ਡਰੋਨ ਜਿਹੜਾ ਹੈ ਉਹਨੂੰ ਅਟੈਚ ਕਰ ਦਿੱਤੀ ਗਏ ਡਰੋਨਸ ਦੀ ਲੜੀ ਜਿਹੜੀ ਉਹਦੇ ਉੱਪਰੋਂ ਹੀ ਜਿਹੜਾ ਹੈ ਉਹ ਜਹਾਜ਼ ਦੇ ਵਿੱਚੋਂ ਹੀ ਜਿਹੜਾ ਡਰੋਨ ਨਿਕਲੇਗਾ ਔਰ ਦੁਸ਼ਮਣ ਦੇ ਦਾ ਪਿੱਛਾ ਕਰਕੇ ਉਹਦੇ 'ਚ ਹਵਾ ਤੋਂ ਹਵਾ ਜਿਹੜਾ ਉਹ ਮਾਰ ਕਰੇਗਾ ਇਹਦੇ ਨਾਲੇ ਆ ਕਿ ਸਾਡਾ ਜੋ ਕਿਉਂਕਿ ਆਲੇ ਦੁਆਲੇ ਸਾਡੇ ਜਿਹੜਾ ਉਹ ਮੰਡਲਾ ਰਹੇ ਨੇ ਖਤਰੇ ਸਾਡੇ ਗੁਆਂਢੀ ਹਮੇਸ਼ਾ ਸ਼ਰਾਰਤਾਂ ਕਰਦੇ ਰਹਿੰਦੇ ਨੇ ਚਾਹੇ ਉਹ ਚਾਈਨਾ ਹੈ ਚਾਹੇ ਉਹ ਪਾਕਿਸਤਾਨ ਹੈ ਉਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਜਵਾਬ ਦੇਣ ਦੇ ਲਈ ਔਰ ਇਸ ਤਰ੍ਹਾਂ ਜਿਹੜਾ ਹੈ ਇਹ ਇਹ ਜਿਹੜਾ ਤੇਜਸ ਦਾ ਇਹ ਜਿਹੜਾ ਕਮਾਲ ਹੈ ਇਹ ਸਾਨੂੰ ਅਸੀਂ ਇਹ ਸਮਝਦੇ ਹਾਂ ਕਿ ਸਾਡੀ 에ਅਰ ਫੋਰਸ ਨੂੰ ਸਾਡੀ ਹਵਾਈ ਫੌਜ ਨੂੰ ਹੋਰ ਜ਼ਿਆਦਾ ਤਕੜਾ ਕਰੇਗਾ ਤੇ ਇਹਦੇ ਨਾਲ ਸਾਡਾ ਮਨੋਬਲ ਵੀ ਵਧੇਗਾ ਔਰ ਦੁਸ਼ਮਣ ਜਿਹੜਾ ਹੈ ਉਹ ਪਸਤ ਵੀ ਹੋਏਗਾ ਜੀ ਇਸ ਦੇ ਨਾਲ ਹੀ ਜੋਲਸਾ ਪ੍ਰੋਗਰਾਮ ਦਾ ਜਿਹੜਾ ਸਮਾਹ ਹੋ ਖਤਮ ਹੋ ਚੁੱਕਾ ਹੈ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਜੁੜੇ ਰਹੋ ਡੀਰੀ ਪੰਜਾਬੀ ਦੇ ਨਾਲ